ਸ਼ੂਗਰ ਨਾਲ ਅਸਥਮਾ ਹੋ ਗਿਆ, ਨਾਲ ਨਿਊਮੋਨੀਆ, ਲੰਗ ਸ਼ੂਗਰ ਜਿਹੜੀ ਹੈਗੀ ਹੈ, ਜਿਹੜੀ ਮੇਰੀ ਮੇਜਰ ਪ੍ਰੋਬਲਮ ਸੀ। ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦੀ ਹਾਂ ਕਿ ਇਨਸੁਲਿਨ ਦੀ ਜਿਹੜੀ ਪੀੜ ਸੀ ਨਾ, ਉਹ ਜ਼ਿਆਦਾ ਸੀ ਮੈਨੂੰ। ਨਮਸਕਾਰ ਜੀ ਸਾਰਿਆਂ ਨੂੰ, ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਸੋਨੀਆ ਮਲਹੋਤਰਾ, ਬਿਲੋਂਗ ਕਰਦੀ ਹਾਂ ਜ਼ਿਲ੍ਹਾ ਤਰਨ ਤਾਰਨ ਭਿੱਖੀ ਮਿੰਟ ਤੋਂ। ਮੈਂ ਤੁਹਾਨੂੰ ਆਪਣੇ ਬਾਰੇ ਕੁਝ ਦੱਸਣਾ ਚਾਹੁੰਦੀ ਹਾਂ। ਮੈਂ ਡਾਕਟਰ ਅਮਿਤ ਸੂਦ ਜੀ ਨੂੰ 1 ਸਾਲ ਪਹਿਲਾਂ ਮਿਲੀ ਔਰ ਸਾਡੀ ਗੱਲਬਾਤ ਹੋਈ, ਪਰ ਮੈਂ ਕੁਛ ਇੰਨਾ ਜ਼ਿਆਦਾ ਇਨੀਸ਼ੀਏਟਿਵ ਨਹੀਂ ਲਿਆ। ਮੈਂ ਬਹੁਤ ਜ਼ਿਆਦਾ, ਮੈਨੂੰ ਸ਼ੂਗਰ ਸੀ ਪਿਛਲੇ 2-3 ਸਾਲ ਤੋਂ। ਸ਼ੂਗਰ ਦੇ ਕਰਕੇ ਮੈਨੂੰ ਵਾਰ ਵਾਰ ਨਿਊਮੋਨੀਆ ਦੇ ਅਟੈਕ ਹੋ ਰਹੇ ਸੀ, ਮੇਰੇ ਲੰਗਸ ਇਨਫੈਕਟਡ ਹੋ ਰਹੇ ਸੀ ਵਾਰ ਵਾਰ। ਮੈਂ ਮੈਡੀਸਿਟੀ ਅੰਮ੍ਰਿਤਸਰ ਐਡਮਿਟ ਹੋ ਰਹੀ ਸੀ ਸਾਲ 'ਚ 2-3 ਵਾਰ ਲਗਾਤਾਰ। ਵੇਟ ਮੇਰਾ 90 kg ਸੀ, ਸ਼ੂਗਰ ਨਾਲ ਅਸਥਮਾ ਹੋ ਗਿਆ, ਨਾਲ ਨਿਊਮੋਨੀਆ, ਲੰਗ ਪ੍ਰੋਬਲਮਸ ਆ ਗਈ, ਮੈਨੂੰ ਬਹੁਤ ਜ਼ਿਆਦਾ ਐਸਿਡ ਬਣਨਾ ਸ਼ੁਰੂ ਹੋ ਗਿਆ। ਤਾਂ ਫਿਰ ਮੈਂ ਡਾਕਟਰ ਸਾਹਿਬ ਨੂੰ ਮਿਲੀ ਔਰ ਮੈਂ ਆਪਣਾ ਸਰਜਰੀ ਕਰਵਾਈ। ਸਰਜਰੀ ਤੋਂ ਮੇਰੇ 3 ਦਿਨ ਹੋ ਗਏ ਨੇ ਸਰਜਰੀ ਹੋਈ ਨੂੰ। ਅੱਜ ਮੈਂ ਆਪਣੇ ਡਿਸਚਾਰਜ ਹੋ ਕੇ ਆਪਣੇ ਘਰ ਜਾ ਰਹੀ ਹਾਂ। ਮੈਂ ਬਹੁਤ ਧੰਨਵਾਦ ਕਰਦੀ ਹਾਂ ਡਾਕਟਰ ਅਮਿਤ ਸੂਦ ਜੀ ਦਾ, ਜਿਹਨਾਂ ਨੇ ਬਹੁਤ ਮੇਰੀ ਸਰਜਰੀ ਸਕਸੈਸਫੁਲ ਰਹੀ। ਬਹੁਤ ਸਾਰੀਆਂ ਪ੍ਰੋਬਲਮ ਸੀ ਮੈਨੂੰ ਔਰ ਮੈਂ ਫਿਰ ਡਾਕਟਰ ਅਮਿਤ ਸੂਦ ਜੀ ਨੂੰ ਮਿਲਿਆ ਕਿ ਉਹ ਇਸ ਵਾਸਤੇ ਕਿ ਵੇਟ ਵੀ ਘਟਣਾ ਚਾਹੀਦਾ ਹੈ, ਉਹਦੇ ਨਾਲ ਨਾਲ ਮੇਰੀ ਸ਼ੂਗਰ ਜਿਹੜੀ ਹੈਗੀ ਹੈ, ਜਿਹੜੀ ਮੇਰੀ ਮੇਜਰ ਪ੍ਰੋਬਲਮ ਸੀ, ਉਹ ਠੀਕ ਹੋਣੀ ਚਾਹੀਦੀ ਹੈ। ਮੇਰੇ ਬੱਚੇ ਦੋਨੋਂ ਐਬਰੋਡ ਨੇ, ਜਦੋਂ ਮੈਂ ਉਹਨਾਂ ਨਾਲ ਗੱਲ ਕੀਤੀ ਤਾਂ ਉਹ ਬਹੁਤ ਸ਼ੋਕਡ ਹੋਏ ਔਰ ਬਹੁਤ ਜ਼ਿਆਦਾ ਪਰੇਸ਼ਾਨ ਹੋਏ ਕਿ ਮੰਮਾ ਮੋਗਾ, ਤੁਸੀਂ ਆਪਾਂ ਹੋਰ ਵੀ ਅੱਛੇ ਸਿਟੀ 'ਚ ਜਾ ਸਕਦੇ ਹਾਂ, ਆਪਾਂ ਮੁੰਬਈ ਜਾ ਸਕਦੇ ਹਾਂ, ਆਪਾਂ ਦਿੱਲੀ ਜਾ ਸਕਦੇ ਹਾਂ। ਪਰ ਮੈਂ ਉਹਨਾਂ ਨੂੰ ਕਿਹਾ ਕਿ ਨਹੀਂ ਬੇਟਾ, ਮੈਂ ਕੁਆਲਿਟੀ ਨੂੰ ਚੂਜ਼ ਕਰ ਰਹੀ ਹਾਂ, ਮੈਂ ਡਾਕਟਰ ਨੂੰ ਚੂਜ਼ ਕਰ ਰਹੀ ਹਾਂ, ਸਿਟੀ ਚੂਜ਼ ਨਹੀਂ ਕਰ ਰਹੀ ਬੇਟਾ। ਡਾਕਟਰ ਅਮਿਤ ਸੂਦ ਨੂੰ ਫਿਰ ਮੈਂ ਉਹਨਾਂ ਨੂੰ ਸਾਰਾ ਆਪਣੇ ਬੱਚਿਆਂ ਨੂੰ ਡਾਕਟਰ ਅਮਿਤ ਸੂਦ ਬਾਰੇ ਦੱਸਿਆ, ਉਹਨਾਂ ਨੇ ਪੂਰਾ ਮਤਲਬ ਕਿ ਡਾਕਟਰ ਅਮਿਤ ਸੂਦ ਬਾਰੇ ਸਾਰੀ ਉਹਨਾਂ ਨੇ ਜਾਣਕਾਰੀ ਲਈ, ਤਾਂ ਫਿਰ ਉਹਨਾਂ ਨੇ ਮੈਨੂੰ ਅਪਰੂਵਲ ਦਿੱਤੀ ਕਿ ਠੀਕ ਹੈ ਤੁਸੀਂ ਕਰਵਾ ਲਵੋ। ਹੁਣ ਮੈਂ ਬਹੁਤ ਖੁਸ਼ ਹਾਂ, ਮੇਰੀ ਸਰਜਰੀ ਜਿਹੜੀ ਹੈ ਅੱਜ ਮੈਂ ਡਿਸਚਾਰਜ ਲੈ ਕੇ ਘਰ ਜਾ ਰਹੀ ਹਾਂ। ਪਿਛਲੇ 4 ਦਿਨ ਤੋਂ ਮੈਂ ਹੋਸਪਿਟਲ, ਸਰਜਰੀ ਤੋਂ ਪਹਿਲਾਂ ਵੀ 4 ਦਿਨ ਮੈਂ ਹੋਸਪਿਟਲ ਰਹੀ। ਬਹੁਤ ਜ਼ਿਆਦਾ ਮਤਲਬ ਕਿ ਮੇਰੇ ਲੰਗਸ ਉੱਪਰ ਵੀ ਡਾਕਟਰ ਸਾਹਿਬ ਉਹਨਾਂ ਨੇ ਬਹੁਤ ਜ਼ਿਆਦਾ ਕੰਮ ਕੀਤਾ, ਕਿਉਂਕਿ ਮੈਨੂੰ ਲੰਗਸ ਦੀ ਬਹੁਤ ਜ਼ਿਆਦਾ ਪ੍ਰੋਬਲਮ ਸੀ, ਉਹਨਾਂ 'ਤੇ ਬਹੁਤ ਕੰਮ ਕੀਤਾ ਗਿਆ ਮੇਰਾ। ਮੈਂ ਨਾਲ ਦੀ ਨਾਲ ਇਹ ਵੀ ਤੁਹਾਨੂੰ ਦੱਸਣਾ ਚਾਹਾਂਗੀ ਸਾਰਿਆਂ ਨੂੰ ਕਿ ਮੇਰੀ ਪਿਛਲੇ 4 ਦਿਨਾਂ ਤੋਂ ਇਨਸੁਲਿਨ ਬਿਲਕੁਲ ਬੰਦ ਹੋਈ ਹੋਈ ਹੈ, ਮੈਂ ਇਨਸੁਲਿਨ ਬਿਲਕੁਲ ਨਹੀਂ ਲਗਾ ਰਹੀ। ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦੀ ਹਾਂ ਕਿ ਇਨਸੁਲਿਨ ਦੀ ਜਿਹੜੀ ਪੀੜ ਸੀ ਨਾ, ਉਹ ਜ਼ਿਆਦਾ ਸੀ ਮੈਨੂੰ ਸਰਜਰੀ ਨਾਲੋਂ, ਕਿਉਂਕਿ ਇਨਸੁਲਿਨ ਰੋਜ਼ 4 ਟਾਈਮ ਪ੍ਰਿਕ ਕਰਨਾ, ਸਵੇਰੇ, ਸ਼ਾਮ, ਰਾਤ, ਔਰ ਬਾਅਦ ਵਿੱਚ 1 ਟਾਈਮ ਦੀ ਮੇਰੀ ਇਨਸੁਲਿਨ ਹੋਰ ਹੁੰਦੀ ਸੀ ਜਿਹੜੀ ਮੈਨੂੰ ਟਾਈਮ 'ਤੇ ਲਗਾਉਣੀ ਪੈਂਦੀ ਸੀ 9:30 'ਤੇ, ਉਹ ਮੈਂ ਟਾਈਮ ਵੀ ਇੱਧਰ ਉੱਧਰ ਨਹੀਂ ਕਰ ਸਕਦੀ ਸੀ। ਹੁਣ ਤਾਂ ਬਹੁਤ, ਮੈਂ ਰੀਅਲੀ ਡਾਕਟਰ ਸਾਹਿਬ ਦੀ ਬਹੁਤ ਥੈਂਕਫੁਲ ਹਾਂ ਜਿਨ੍ਹਾਂ ਨੇ ਮੇਰੀ ਸਰਜਰੀ ਕੀਤੀ, ਮੇਰੇ ਬੱਚੇ ਵੀ ਬਹੁਤ ਥੈਂਕਫੁਲ ਨੇ ਡਾਕਟਰ ਸਾਹਿਬ ਦੇ, ਅਸੀਂ ਸਾਰਾ ਪਰਿਵਾਰ ਡਾਕਟਰ ਸਾਹਿਬ ਦਾ ਬਹੁਤ ਥੈਂਕ ਯੂ ਕਰਦੇ ਹਾਂ। ਡਾਕਟਰ ਸਾਹਿਬ ਦਾ ਸਟਾਫ, ਹਰ ਚੀਜ਼, ਹਰ ਇੱਕ ਚੀਜ਼ ਨੇ ਸਾਨੂੰ ਬਹੁਤ ਹੀ ਕੋਆਪਰੇਟ ਕੀਤਾ। ਹੁਣ ਤਾਂ ਮੈਂ ਇਹ ਕਹਿਣਾ ਚਾਹੁੰਦੀ ਹਾਂ ਲਾਸਟ 'ਤੇ ਕਿ ਹੁਣ ਦਿੱਲੀ ਅਤੇ ਮੁੰਬਈ ਵਾਲੇ ਵੀ ਮੇਰਾ ਖਿਆਲ ਹੈ ਕਿ ਇੱਥੇ ਹੀ ਆਉਣਗੇ, ਕਿਉਂਕਿ ਡਾਕਟਰ ਸਾਹਿਬ ਵੀ ਇੰਨੇ ਜ਼ਿਆਦਾ ਕੁਆਲੀਫਾਈਡ ਨੇ, ਇੰਨੇ ਜ਼ਿਆਦਾ ਉਹਨਾਂ ਦੇ ਹੱਥ ਵਿੱਚ ਤਜਰਬਾ ਔਰ ਸ਼ਫਾ ਹੈ ਪਰਮਾਤਮਾ ਦਿੱਤੀ। ਹੁਣ ਉਹਨਾਂ ਦਾ ਬਹੁਤ ਅੱਛਾ, ਉਹ ਆਪਣਾ ਇੱਕ ਮੋਗੇ ਦੇ ਵਿੱਚ ਹੀ ਕੋਸਮਿਕ ਹੈਲਥ ਸਿਟੀ ਸੈਂਟਰ ਬਣਾ ਰਹੇ ਨੇ, ਕੋਸਮਿਕ ਹੈਲਥ ਸਿਟੀ ਸੈਂਟਰ ਉਹਨਾਂ ਦਾ ਬਣ ਰਿਹਾ, ਬਹੁਤ ਵੱਡਾ ਹੋਸਪਿਟਲ ਜਿੱਥੇ ਕਿ ਹੁਣ ਸਰਜਰੀਜ਼ ਵਗੈਰਾ ਹੋਣਗੀਆਂ। ਦਿੱਲੀ ਔਰ ਮੁੰਬਈ ਜਾਣ ਦੀ ਕੋਈ ਜ਼ਰੂਰਤ ਹੀ ਨਹੀਂ ਰਹਿ ਗਈ ਕਿਸੇ ਵੀ ਸਿਟੀ ਵਿੱਚ, ਸਾਨੂੰ ਉੱਥੇ ਡਾਕਟਰ ਅਮਿਤ ਸੂਦ ਇੱਕ ਵਰਦਾਨ ਦੀ ਤਰ੍ਹਾਂ ਮਿਲੇ ਹੋਏ ਨੇ। ਥੈਂਕ ਯੂ ਜੀ, ਤਾਂ ਸਾਡੇ ਸਭ ਦਾ ਬਹੁਤ ਬਹੁਤ ਧੰਨਵਾਦ।